ਨਾਨਕ ਦੇਵ ਜੀ ਦਾ ਗੁਰਪੁਰਬ ਹੈ ਉਸ ਉਪਲਕਸ਼ਚ ਨਗਰ ਕੀਰਤਨ ਕੱਢਿਆ ਜਾ ਰਿਹਾ ਤੁਸੀਂ ਇੱਥੇ ਪਹੁੰਚੇ ਹੋ ਬਹੁਤ ਹੀ ਅੱਜ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੱਜ ਇਸ ਗੁਰਪੁਰਬ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ ਮੈਂ ਪੂਰੇ ਸਮਾਜ ਨੂੰ ਆਪਣੇ ਵੱਲੋਂ ਆਪਣੀ ਸਰਕਾਰ ਦੇ ਵੱਲੋਂ ਬਹੁਤ ਬਹੁਤ ਵਧਾਈਆਂ ਦੇਣਾ ਹਾਂ ਔਰ ਬਹੁਤ ਸ਼ੁਭਕਾਮਨਾ ਕਰਨਾ ਔਰ ਉਮੀਦ ਰੱਖਣਾ ਹਾਂ ਕਿ ਬਾਬਾ ਜੀ ਦੀ ਕਿਰਪਾ ਸਭ ਤੇ ਬਣੀ ਰਵੇ ਸਾਰੇ ਲੋਕ ਖੁਸ਼ਹਾਲ ਹੋਣ ਗੁਰੂ ਨਾਨਕ ਦੇਵ ਜੀ ਦੀ ਸੰਦੇਸ਼ ਹੈ ਕਿ ਸਭ ਨੂੰ ਕੀਰਤ ਕਰਨੀ ਉਹਦੇ ਉਪਲਕਸ਼ ਵਿੱਚ ਕੀ ਕਹੋਗੇ ਦੇਖੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਸਾਰੇ ਸਮਾਜ ਨੂੰ ਚੱਲਣਾ ਚਾਹੀਦਾ ਕਿਰਤ ਕਰਨਾ ਵੰਡ ਛਕਣਾ ਔਰ ਇਹ ਜਿਹੜੇ ਉਹਨਾਂ ਨੇ ਉਪਦੇਸ਼ ਦਿੱਤੇ ਹੈ ਇਹ ਆਪਣੇ ਆਪ ਵਿੱਚ ਜਨਤਾ ਨੂੰ ਸੁੱਖ ਪਹੁੰਚਾਉਣ ਵਾਸਤੇ ਇਹ ਗੱਲਾਂ ਸਭ ਨੂੰ ਅਡੋਪਟ ਕਰਨੀਆਂ ਚਾਹੀਦੀਆਂ ਇਹ ਮੇਰੀ ਉਮੀਦ ਠੀਕ ਹੈ ਚੰਗਾ